ਤੋਡਾ ਸਵਾਗਤ ਕਰਦੀ ਹਾਂ ਆਪਣੇ ਜੀ ਟੂਨ ਚੈਨਲ ਤੇ ਸੋ ਅਸੀਂ ਪੰਜਾਬੀ ਦੇ ਕੌਲਿਫਾਈ ਨੇਚਰ ਦੇ ਪੇਪਰ ਲਈ ਜੀ ਵਨ ਲਾਈਨਰ ਦੀ ਸੀਰੀਏ ਜਿਹੜੀ ਸ਼ੁਰੂ ਕੀਤੀ ਗਈ ਸੀ ਸੋ ਅਸੀਂ ਅੱਗੇ ਕੰਟੀਨਿਊ ਕਰਦੇ ਹਾਂ ਜੀ ਲੋਕਿੱਤਾ ਕਿਸ ਨੂੰ ਕਿਹਾ ਜਾਂਦਾ ਹੈ ਪਿਤਾਪੁਰਖੀ ਕੰਮ ਨੂੰ ਮਤਲਬ ਜੋ ਕੰਮ ਪਹਿਲਾਂ ਆਪਣੇ ਪਿਓ ਦਾਦੇ ਘਰ ਦੇ ਆ ਰਹੇ ਨੇ ਅੱਗੇ ਅਸੀਂ ਵੀ ਉਹੀ ਕੰਮ ਕਰਦੇ ਹਾਂ ਠੀਕ ਹੈ ਉਹਨੂੰ ਕਹਿੰਦੇ ਨੇ ਪਿਤਾ ਪੁਰਖੀ ਕੰਮ ਮਲਕ ਕਿਸੇ ਦੇ ਘਰ ਚ ਕੀਆ ਸ਼ੁਰੂ ਤੋਂ ਕੀਆ ਦਾਦਾ ਅੱਗੇ ਪਿਓ ਕੀਆ ਖੇਤੀ ਕਰਦੇ ਆ ਰਹੇ ਨੇ ਤੇ ਅੱਗੇ ਪੁੱਤਰ ਵੀ ਉਹੀ ਕੰਮ ਹੈ ਜਿਹੜਾ ਸੰਭਾਲ ਲੈਂਦਾ ਉਸ ਨੂੰ ਕੀ ਕਹਿੰਦੇ ਨੇ ਪਿਤਾ ਪੁਰਖੀ ਕੰਮ ਜਿਸ ਤੋਂ ਕਿਸੇ ਕਿਰਤ ਦਾ ਨਿਰਮਾਣ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕੀਤਾ ਕੀਤਾ ਹੁੰਦਾ ਕੀ ਹੈ ਜਿਸ ਤੋਂ ਕੋਈ ਮਲਕੇ ਕੰਮ ਹੋਵੇ ਮਰਾਸੀਆਂ ਕੋਲ ਕਿਹੜੀ ਕਲਾ ਹੁੰਦੀ ਹੈ ਪਸ਼ਾਈ ਮਹਾਵਰੇ ਮਰਾਸੀ ਕੀ ਕਰਦੇ ਨੇ ਜੀ ਹਾਸਾ ਠੱਠਾ ਕਰਵਾਉਂਦੇ ਨੇ ਸਾਡਾ ਬਾਜੀਗਰ ਤੇ ਮਰਾਸੀ ਦੇ ਕਿਤੇ ਕੀ ਪੈਦਾ ਕਰਦੇ ਹਨ ਮਨੋਰੰਜਨ ਠੀਕ ਹੈ ਪਹਿਲੇ ਟਾਈਮ ਚ ਕੀ ਹੁੰਦਾ ਸੀਗਾ ਲੋਕਾਂ ਦਾ ਮਨੋਰੰਜਨ ਜਿਹੜਾ ਇਹਨਾਂ ਨਾਲ ਹੀ ਕੀਤਾ ਜਾਂਦਾ ਸੀ ਅੱਜ ਇਹਨਾਂ ਦੀ ਜਗ੍ਹਾ ਕੀ ਹੈ ਡੀਜ਼ਿਆਂ ਨੇ ਲੈ ਲਈ ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ 1 ਰੁਪਿਆ ਭੇਜ ਕੇ ਜਦ ਨਾਕਾ ਨਾਤਾ ਪੱਕਾ ਕਰਦੇ ਹਨ ਉਸ ਰਸ ਨੂੰ ਕੀ ਕਿਹਾ ਜਾਂਦਾ ਹੈ ਰੋਕਣਾ ਤੇ ਠਕਣਾ ਮਤਲਬ ਕੀ ਹੈ ਜਦੋਂ रिश्ਤਾ ਪੱਕਾ ਕਰਨਾ ਹੁੰਦਾ ਸੀ ਪਹਿਲਾਂ ਦੇ ਟਾਈਮ ਕੀ ਸੀ ਹੁੰਦਾ ਸੀ ਨਾਈ ਦੇ ਹੱਥ ਰੁਪਈਆ ਭੇਜਿਆ ਜਾਂਦਾ ਸੀ ਮੁੰਡੇ ਦੇ ਘਰ ਮੁੰਡੇ ਜਾਂ ਕੁੜੀ ਦੇ ਵਿਆਹ ਵਿੱਚ ਸ਼ੁਹਾਰਾ ਤੇ ਮਿਸ਼ਰੀ ਪਾ ਕੇ ਕਿਹੜੀ ਰਸਮਾਂ ਦਾ ਕੀਤੀ ਜਾਂਦੀ ਹੈ ਕੁੜਮਾਈ ਜਾਂ ਸਗਾਈ ਇੰਗੇਜਮੈਂਟ ਜਿਹਨੂੰ ਅਸੀਂ ਕਹਿ ਦਿੰਨੇ ਆ ਮੰਗਣੀ ਤੋਂ ਪਿੱਛੋਂ ਵਿਆਹ ਲਈ ਕਿਸੇ ਸ਼ੁਭ ਮਹੀਨੇ ਦੀ ਤਿਥ ਤੇ ਘੜੀ ਲਈ ਨਿਸ਼ਚਿਤ ਕੀਤੀ ਗਈ ਰਸਮ ਨੂੰ ਕੀ ਕਿਹਾ ਜਾਂਦਾ ਹੈ ਸਾਹਾ ਕੜਵਾਉਣਾ ਜਦੋਂ ਰਿਸ਼ਤਾ ਫਾਈਨਲ ਹੋ ਜਾਂਦਾ ਉਸ ਤੋਂ ਬਾਅਦ ਕੀ ਆ ਵਿਆਹ ਦੀ ਜਿਹੜੀ ਡੇਟ ਰੱਖੀ ਜਾਂਦੀ ਹੈ ਪੰਡਤ ਕੁੜਵਾ ਕੇ ਉਹਨੂੰ ਕਹਿੰਦੇ ਨੇ ਸਾਹਾ ਕੜਵਾਉਣਾ ਵਿਆਹ ਤੋਂ ਥੋੜੇ ਦਿਨ ਪਹਿਲਾਂ ਸਾਹੇ ਚਿੱਠੀ ਜਾਂ ਲਗਨ ਕੌਣ ਲਿਖਦਾ ਹੈ ਕੁੜੀ ਵਾਲੇ ਕੁੜੀ ਵਾਲੇ ਕੀ ਕਰਦੇ ਨੇ ਸਾਹੇ ਚਿੱਠੀ ਭੇਜਦੇ ਨੇ ਮੁੰਡੇ ਦੇ ਘਰ ਵਿਆਹ ਤੋਂ ਲਾ ਲੋ 17 ਦਿਨ ਪਹਿਲਾਂ 11 ਦਿਨ ਪਹਿਲਾਂ ਹਨਾ ਵਿਆਹ ਤੋਂ ਕੁਝ ਦਿਨ ਪਹਿਲਾਂ Hindu ਘਰਾਂ ਵਿੱਚ ਬੱਚੇ ਦੇ ਜਨਮ ਤੋਂ ਤੀਜੇ ਤੋਂ 5ਵੇਂ ਸਾਲ ਵਿੱਚ ਕਿਹੜੀ ਰਸਮ ਕੀਤੀ ਜਾਂਦੀ ਹੈ ਮੁੰਡਣ ਸੰਸਕਾਰ ਵਾਲ ਨਹੀਂ ਤਰਵਾਏ ਜਾਂਦੇ ਬੱਚੇ ਦੇ ਹਨਾ ਉਹਨੂੰ ਕਹਿੰਦੇ ਆ ਮੁੰਡਣ ਸੰਸਕਾਰ ਜੋ ਕਿ ਹਿੰਦੂਆਂ ਦੇ ਪਰਿਵਾਰ ਦੇ ਵਿੱਚ ਕੀਤਾ ਜਾਂਦਾ ਹੈ। ਸਾਵਣ ਵਿੱਚ ਪੂਰਨਮਾਸ਼ੀ ਨੂੰ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ? ਰਖੜੀ ਦਾ। ਜَا ਕੁਐਸਚਨ ਐਮ ਵੀ ਆ ਸਕਦਾ ਹੈ ਕਿ ਰਖੜੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ? ਸਾਵਣ ਮਹੀਨੇ ਦੇ ਵਿੱਚ ਪੂਰਨਮਾਸ਼ੀ ਨੂੰ। ਪੰਜਾਬ ਵਿੱਚ ਨਵੇਂ ਸੰਮਤ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ? ਚੇਤਰ ਦੀ 1 ਨੂੰ। ਚੇਤਰ ਮਹੀਨੇ ਦੀ 1 ਨੂੰ ਕੀ ਹੈ? ਨਵੇਂ ਸੰਮਤ ਦਾ ਤਿਹਾਰ ਮਨਾਇਆ ਜਾਂਦਾ ਹੈ। ਕੰਜਕਾਂ ਕਿਸ ਨੂੰ ਪ੍ਰਸੰਨ ਕਰਨ ਲਈ ਬਿਠਾਇਆ ਜਾਂਦੀ ਹਨ? ਦੇਵੀ ਮਾਤਾ ਨੂੰ। ਕੰਜਕਾਂ ਕੌਣ ਹੁੰਦੀਆਂ ਨੇ ਛੋਟੀਆਂ ਕੁੜੀਆਂ ਲਾ ਲੋ ਜੋ ਟੀਨੇਜ ਉਦੋਂ ਛੋਟੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕੰਜਕਾਂ ਕਿਹੜੀ ਚੀਜ਼ ਪੰਜਾਬ ਦੇ ਮੌਸਮਾਂ ਰੁੱਤਾਂ ਦੇ ਤਿਹਾਰਾਂ ਨਾਲ ਜੁੜੀ ਹੋਈ ਹੈ ਮੇਲੇ ਕਿਉਂਕਿ ਕੁਝ ਮੇਲੇ ਜਿਹੜੇ ਹੁੰਦੇ ਨੇਗੇ ਉਹ ਰੁੱਤਾਂ ਨਾਲ ਸੰਬੰਧਿਤ ਹੁੰਦੇ ਨੇ ਕੁਝ ਮੌਸਮਾਂ ਨਾਲ ਹੁੰਦੇ ਨੇ ਤੇ ਕੁਝ ਤਿਹਾਰਾਂ ਨਾਲ ਸੰਬੰਧਿਤ ਮੇਲੇ ਲੱਗਦੇ ਨੇ ਬਸੰਤ ਪੰਚਮੀ ਦਾ ਮੇਲਾ ਕਿੱਥੋਂ ਦਾ ਪ੍ਰਸਿੱਧ ਹੈ ਪਟਿਆਲੇ ਅਤੇ ਛੇਟਾ ਸਾਹਿਬ ਦਾ ਜਿਹੜਾ ਮੇਲਾ ਹੈ ਉਹ ਸੰਤ ਪੰਚਮੀ ਦਾ ਪ੍ਰਸਿੱਧ ਹੈ ਪੰਜਾਬ ਵਿੱਚ ਹਰ ਵਨਸਵੰਨੀਆਂ ਚੀਜ਼ਾਂ ਦਾ ਇੱਕ ਭਰਪੂਰ ਬਾਜ਼ਾਰ ਕਿੱਥੇ ਉੱਭਰ ਆਉਂਦਾ ਹੈ ਪੰਜਾਬ ਦੇ ਹਰ ਮੇਲੇ ਵਿੱਚ ਸਾਨੂੰ ਕੀ ਹੈ ਵਨਸਵੰਨੀਆਂ ਚੀਜ਼ਾਂ ਜਿਹੜਾਂ ਦੇਖਣ ਨੂੰ ਮਿਲਦੀਆਂ ਨੇ ਪੋ ਤੇ ਮਹੀਨੇ ਦੇ ਖੇਲੇ ਦਿਨ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਲੋਹੜੀ ਦਾ ਨਵੀਂ ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦੀਆਂ ਹੋਲਾਂ ਨੂੰ ਭੁੰਨ ਕੇ ਖਾਣ ਦੀ ਰੀਤ ਨੂੰ ਕੀ ਕਹਿੰਦੇ ਹਨ ਅੰਨ ਨਵਾ ਕਰਨਾ ਠੀਕ ਹੈ ਚੋਲਿਆਂ ਦੀਆਂ ਹੋਲਾ ਮਤਲਬ ਜਿੱਦਾਂ ਕਣਕ ਬਲੀਆਂ ਦੇ ਵਿੱਚ ਹੁੰਦੀ ਹੈ ਠੀਕ ਹੈ ਉਹਦੇ ਇਸ ਤਰ੍ਹਾਂ ਜਿਹੜੇ ਛੋਲੇ ਹੁੰਦੇ ਨੇ ਜਦੋਂ ਬਲੀਆਂ ਦੇ ਵਿੱਚ ਹੁੰਦੇ ਨੇ ਠੀਕ ਹੈ ਉਹਨਾਂ ਨੂੰ ਮਤਲਬ ਕਿ ਹਜੇ ਉਹ ਗ੍ਰੀਨ ਹੀ ਹੁੰਦੇ ਨੇ ਹਨਾ ਉਹਨਾਂ ਨੂੰ ਪੁੰਨ ਲਿਆ ਜਾਂਦਾ ਉਹਨਾਂ ਨੂੰ ਹੋਲਾ ਕਹਿੰਦੇ ਨੇ ਦੁੱਤ ਦਾ ਸਵਾਦ ਮੰਨਣ ਲਈ ਨਮੀ ਕਣਕ ਦੀਆਂ ਬਲੀਆਂ ਦੇ ਛੋਲਿਆਂ ਦੀਆਂ ਹੋਲਾ ਕਿਹੜੇ ਮਹੀਨੇ ਵਿੱਚ ਖਾਧੀਆਂ ਜਾਂਦੀਆਂ ਹਨ ਚੇਤਰ ਦੀ 1 ਨੂੰ ਨਵੇਂ ਸੰਮਤ ਵਾਲੇ ਦਿਨ ਵਿਆਹ ਵਿੱਚ ਗਹਿਣੇ ਕੱਪੜੇ ਬਰਤਨ ਬਿਸਤਰੇ ਆਦ ਕਿਹੜੇ ਅੰਗਸਾਕ ਲੈ ਕੇ ਆਉਂਦੇ ਹਨ ਨਾਨਕਾ ਮੇਲ ਜੱਟ ਗੰਨਾ ਦਿੰਦਾ ਮਰਦਾ ਪੇਲੀ ਦਿੰਦਾ ਨਹੀਂ ਮਰਦਾ ਇਹ ਖਾਨ ਕਿਸ ਕਿਸਮ ਦੇ ਸਵਾਲੀ ਵਰਤੇ ਜਾਂਦਾ ਮਸਤੇ ਜੰਦਾਨੀ ਮਤਲਬ ਅੜਬ ਕਿ ਜਿਹੜੇ ਬੰਦੇ ਦਾ ਨੇਚਰ ਐਵੇਂ ਦਾ ਹੋਵੇ ਕਿ ਥੋੜੀ ਜੀ ਚੀਜ਼ ਨੂੰ ਤਾਂ ਮਨਾ ਕਰ ਦਿਓ ਅਗਰ ਉਹ ਤੋਂ ਅਸੀਂ ਗੁੱਸੇ ਨਾ ਮੰਗ ਰਿਆਂਗੇ ਅਗਰ ਅਸੀਂ ਉਹਨੂੰ ਬੜੇ ਪਿਆਰ ਨਾਲ ਉਹ ਤੋਂ ਚੀਜ਼ ਲੈਨੇ ਆ ਜਾਂ ਉਹਦਾ ਮਾਣਾ ਚੀਜ਼ ਦੇਣ ਦਾ ਤਾਂ ਕਿ ਉਹ ਥੋੜੀ ਦੇ ਬਜਾਏ ਬਹੁਤੀ ਚੀਜ਼ ਵੀ ਸਾਨੂੰ ਦੇ ਦਿੰਦਾ ਹੈ ਹਨਾ ਤਾਂ ਇਹ ਖਾਨ ਕੀ ਵਰਤੀ ਜਾਂਦੀ ਹੈ ਮ੍ਰਿਤਕ ਦੇ ਫੁੱਲ ਚੁਗਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਤੀਜੇ ਦਿਨ ਮਤਲਬ ਉਸ ਦੇ ਫਨਰਲ ਤੋਂ ਤੀਜੇ ਦਿਨ ਜਿਹੜੀ ਫੁੱਲ ਚੁਗਣ ਦੀ ਰਸਮ ਹੈ ਕੀਤੀ ਜਾਂਦੀ ਹੈ ਪਿਤਾ ਦੀ ਮੌਤ ਤੋਂ ਬਾਅਦ ਭੋਗ ਵਾਲੇ ਦਿਨ ਕਿਹੜੀ ਰਸਮਾਂ ਦਾ ਕੀਤੀ ਜਾਂਦੀ ਹੈ ਦਸਤਾਰ ਬੰਦੀ ਦੀ ਜਿੱਦਾਂ ਆਪਣੇ ਪੰਜਾਬੀਆਂ ਦੇ ਵਿੱਚੋਂ ਕਹਿੰਦੇ ਨੇ ਨਾ ਪੱਗ ਫੜਾਉਣੀ ਕਿਸ ਨੂੰ ਦਸਤਾਰ ਬੰਦੀ ਕਰਕੇ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਜ਼ਿੰਮੇਵਾਰ ਜਾਂ ਵਾਰਸ ਬਣਾਇਆ ਜਾਂਦਾ ਹੈ ਵੱਡੇ ਪੁੱਤਰ ਨੂੰ ਹਾਂ ਪੱਗ ਫੜਾਉਣ ਦਾ ਮਤਲਬ ਕੀ ਹੁੰਦਾ ਹੈ ਕਿ ਜ਼ਿੰਮੇਵਾਰੀ ਜੋ ਵੀ ਜਿਹੜੀ ਸਾਰੀ ਘਰ ਦੀ ਹੈ ਉਹ ਵੱਡੇ ਪੁੱਤਰ ਨੂੰ ਸੌਂਪ ਦਿੱਤੀ ਜਾਂਦੀ ਹੈ ਸਰਵਾਲਾ ਕਿਸ ਨੂੰ ਕਹਿੰਦੇ ਨੇ ਲਾੜੇ ਦਾ ਸਾਥੀ ਵਿਆਹ ਵੇਲੇ ਸਰਵਾਲਾ ਬਣਾਇਆ ਜਾਂਦਾ ਹੈ ਨਾ ਸੋ ਲਾੜੇ ਦੇ ਸਾਥੀ ਨੂੰ ਕੀ ਕਹਿੰਦੇ ਨੇ ਸਰਵਾਲਾ ਸਰਕੰਡੇ ਨੂੰ ਕੁੱਟ ਕੇ ਕਿਹੜਾ ਵਾਣ ਬਣਾਇਆ ਜਾਂਦਾ ਹੈ ਜਾਂ ਉਹ ਕੀ ਅਖਵਾਉਂਦਾ ਹੈ ਮੁੰਜ ਦਾ ਬਾਣ ਹਨਾ ਮੁੰਜ ਦਾ ਬਾਣ ਜਿਹਦਾ ਮੰਜੇ ਬੁਣਨ ਲਈ ਵੀ ਯੂਜ਼ ਕੀਤਾ ਜਾਂਦਾ ਹੈਗਾ ਹਨਾ ਇਹਨੂੰ ਛੰਛਣ ਕਹਿੰਦੇ ਆ ਹਨਾ ਛੰਛਣ ਦੀ ਜਿਹੜੀ ਸਿਲੜ ਹੁੰਦੀ ਹੈਗੀ ਉਹ ਤੋਂ ਇਹ ਬਣਾਇਆ ਜਾਂਦਾ ਹੈ ਜਦੋਂ ਜਨਜ ਕੁੜੀਆਂ ਵਾਲਿਆਂ ਦੇ ਘਰ ਪਹੁੰਚ ਜਾਂਦੀ ਹੈ ਤਾਂ ਕਿਹੜੀ ਰਸਮ ਆਦਾ ਕੀਤੀ ਜਾਂਦੀ ਹੈ ਮਿਲਣੀ ਦੀ ਵਿਆਹ ਵਿੱਚ ਸਭ ਤੋਂ ਪਹਿਲਾਂ ਮੱਤ ਬੁਣ ਰਸਮ ਕਿਹੜੀ ਹੁੰਦੀ ਹੈ ਫੇਰਿਆਂ ਦੀ ਜਾਂ ਆਨੰਦ ਕਾਰਜ ਦੀ ਠੀਕ ਹੈ ਜੀ ਪੇਟੀ ਖੁਲਾਈ ਦੀ ਰਸਮ ਕਿਸ ਵੱਲੋਂ ਕੀਤੀ ਜਾਂਦੀ ਹੈ ਬਹੁਤੀ ਛੋਟੀ ਨਨਾਨ ਵੱਲੋਂ ਮਲਕੀ ਜਿਹੜੀ ਵਿਰਲੀ ਜਾਂਦੀ ਹੈ ਉਹਦੀ ਛੋਟੀ ਨਨਾਨ ਕੀ ਹੈ ਪੇਟੀ ਖੋਲਦੀ ਹੈ ਤੇ ਉਹਦੇ ਵਿੱਚੋਂ ਫਿਰ ਕੀ ਆ ਪਰਜਾਈ ਉਸ ਨੂੰ ਕੀ ਦਿੰਦੀ ਹੈ ਸੂਟ ਦਿੰਦੀ ਹੈ ਜਾਂ ਫਿਰ ਸ਼ਗਨ ਦਿੰਦੀ ਹੈ ਪੇਟੀ ਖੁਲਾਈ ਵਿੱਚ ਨਨਾਨ ਨੂੰ ਕੀ ਮਿਲਦਾ ਮਨਪੌਂਦਾ ਸੂਟ ਮਿਲਦਾ ਜਨੇਪੇ ਤੋਂ ਕਿੰਨੇ ਦਿਨ ਮੰਗਰੋਂ ਬਾਹਰ ਵਧਾਉਣ ਦੀ ਰਸਮ ਆਦਾ ਕੀਤੀ ਜਾਂਦੀ ਹੈ 13ਵੇਂ ਦਿਨ ਸ਼ਗਨ ਪਾਉਣ ਵੇਲੇ ਕੁੜੀ ਲਈ ਲਾਲ ਪਰਾਂਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਸ਼ਗਨਾ ਦੀ ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਹੈ 7 ਜਾਂ 9 ਦਿਨ ਪਹਿਲਾਂ ਕੜਾਹੀ ਚੜਾਉਣੀ ਮਤਲਬ ਮਠਾਈ ਵਗੈਰਾ ਲੱਡੂ ਵਗੈਰਾ ਬਣਾਉਣਾ ਸ਼ੁਰੂ ਕਰ ਦਿੱਤੇ ਜਾਂਦੇ ਨੇ ਵਿਆਹ ਦੇ ਹਰ ਕੰਮ ਨੂੰ ਕਰਨ ਲਈ ਕਿੰਨੀਆਂ ਸੁਹਾਗਣਾ ਇਕੱਠੀਆਂ ਹੁੰਦੀਆਂ ਹਨ 7 ਕੋੜੀ ਚੜਨ ਤੋਂ ਪਹਿਲਾਂ ਲਾੜੇ ਨੂੰ ਸੁਰਮਾ ਕੌਣ ਪਾਉਂਦਾ ਹੈ ਲਾੜੇ ਦੀ ਭਾਬੀ ਪਾਉਂਦੀ ਹੈ ਜੀ ਹਾਂਜੀ ਅੱਗੇ ਹੈ ਲੌਂਗ ਆਰਥ ਦੇ ਕਿਹੜੇ ਅੰਗ ਤੇ ਪਹਿਨਾ ਜਾਣ ਵਾਲਾ ਗਹਿਣਾ ਹੈ ਨੱਕ ਨਾ ਨੱਕ ਦੇ ਵਿੱਚ ਪਾਇਆ ਜਾਂਦਾ ਹੈ ਲੌਂਗ ਦੇ ਕੋਕਾ ਕਿਸੇ ਲੋਕ ਨਾਇਕ ਦੀ ਬਹਾਦਰੀ ਦਾ ਵਰਣਨ ਕਿਸ ਲੋਕ ਕਾਵਿ ਰੂਪ ਵਿੱਚ ਕੀਤਾ ਜਾਂਦਾ ਹੈ ਲੋਕ ਬਾਰਾਂ ਵਿੱਚ ਮਾਂ ਵੱਲੋਂ ਬੱਚੇ ਨੂੰ ਸੁਲਾਉਣ ਲਈ ਸੁਣਾਇਆ ਜਾਣ ਵਾਲਾ ਮధుਰ ਗੀਤ ਕਿਹੜਾ ਹੁੰਦਾ ਹੈ ਲੋਰੀਆਂ ਲੋਰੀ ਰੋਮਾਂਟਿਕ ਲਹਿਜੇ ਵਿੱਚ ਬਹਾਦਰੀ ਦੇ ਕਾਰਨਾਮੇ ਕਿਸ ਰੂਪ ਕਾਵਿ ਰੂਪ ਵਿੱਚ ਬਿਆਨ ਕੀਤੇ ਜਾਂਦੇ ਹਨ ਲੋਕ ਗਾਥਾ ਗੂਲੂਬੰਧ ਕਿੱਥੇ ਪਹਿਨਣਾ ਜਾਣ ਵਾਲਾ ਗਹਿਣਾ ਹੈ ਗਰਦਨ ਤੇ ਸਗਲੇ ਕਿੱਥੇ ਪਾਏ ਜਾਂਦੇ ਨੇ ਹੱਥਾਂ ਦੇ ਵਿੱਚ ਜ਼ਿਆਤਰ ਛੋਟੇ ਬੱਚਿਆਂ ਦੇ ਪਾਏ ਜਾਂਦੇ ਨੇ ਵਿਛੂ ਆਰਤ ਦੇ ਕਿਹੜੇ ਅੰਗ ਦੇ ਪਹਿਨੇ ਜਾਂਦੇ ਨੇ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਪਾਏ ਜਾਂਦੇ ਨੇ ਜਦੋਂ ਗੱਲ ਸੁਣੀ ਸੁਣਾਈ ਤੇ ਲੋਕ ਚਰਚਾ ਦਾ ਵਿਸ਼ਾ ਹੋਵੇ ਉਸ ਨੂੰ ਕੀ ਕਹਿੰਦੇ ਨੇ ਦੰਤ ਕਥਾ ਔਰਤ ਵੱਲੋਂ ਮਰਦ ਲਈ ਸੰਬੋਧਨੀ ਸੁਰ ਵਿੱਚ ਕਿਹੜਾ ਗੀਤ ਗਾਇਆ ਜਾਂਦਾ ਹੈ ਮਾਇਆ ਲੋਕ ਗਹਿਣਾ ਤਵੀਤੜੀਆਂ ਕੌਣ ਪਹਿਨਦਾ ਹੈ ਮਰਦਾਂ ਸਿਰ ਦੇ ਖੱਬੇ ਪਾਸੇ ਲੜ ਨੂੰ ਛੱਡ ਕੇ ਬੰਨੀ ਪੱਗ ਨੂੰ ਕੀ ਕਿਹਾ ਜਾਂਦਾ ਹੈ ਸ਼ਮਲੇ ਵਾਲੀ ਪੱਗ ਜਾਂ ਤਾਂ ਆਪਾਂ ਮੁੰਡਿਆਂ ਦੇ ਭੰਗੜੇ ਦੇ ਵਿੱਚ ਇਹ ਬੰਨੀ ਹੋਈ ਵੇਖਦੇ ਆ ਪੱਗ ਨੂੰ ਮਾਇਆ ਲਗਾ ਕੇ ਸਿਰ ਤੋਂ ਉਤਾਹ ਖਲਰੇ ਪੱਗ ਦੇ ਲੜ ਨੂੰ ਕੀ ਕਿਹਾ ਜਾਂਦਾ ਹੈ ਤੁਰਲਾ ਜਾਂ ਸ਼ਮਲਾ ਜਿਹੜਾ ਉਹ ਲੜ ਛੱਡਿਆ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਤੁਰਲਾ ਜਾਂ ਸ਼ਮਲਾ ਪੰਜਾਬ ਵਿੱਚ ਕਿਹੜਾ ਕੱਪੜਾ ਵਦੇਰੇ ਪ੍ਰਚਲਿਤ ਰਿਹਾ ਹੈ ਕਪਾਹ ਦਾ ਬਣਿਆ ਹੋਇਆ ਖੱਦਰ ਉਸ ਕੱਪੜੇ ਦਾ ਨਾਮ ਦੱਸੋ ਜਿਸ ਨੂੰ ਪੰਜਾਬੀ ਸ਼ੁਰੂ ਤੋਂ ਹੀ ਪਹਿਨਣ ਤੋਂ ਇਲਾਵਾ ਹੋਰ ਕੋਈ ਕੰਮਾਂ ਲਈ ਵਰਤ ਲੈਂਦੇ ਰਹੇ ਹਨ ਚਾਦਰਾ ਜ਼ਮੀਨ ਦੇ ਥੱਲੇ ਪਹਿਲਾਂ ਮਰਦਾਂ ਵੱਲੋਂ ਕੀ ਪਹਿਨਣ ਦਾ ਬਹੁਤਾਂ ਰਿਵਾਜ ਸੀ ਹਾਂਜੀ ਨੈਕਸਟ ਹੈ ਸਾਡਾ ਕਮੀਜ਼ ਦੇ ਥੱਲੇ ਪਹਿਲਾਂ ਮਰਦਾਂ ਵੱਲੋਂ ਕੀ ਪਹਿਨਣ ਦਾ ਰਿਵਾਜ ਹੁੰਦਾ ਸੀ ਫਤੂਹੀ ਕਿਸ ਕੱਪੜੇ ਦੇ ਚਾਦਰੇ ਯਾਤਰ ਪਚਾਲੇਤ ਰਹੀ ਲੱਠੇ ਦੇ ਬ੍ਰਾਹਮਣ ਕਤਰੀ ਲੋਕ ਤੇੜ ਕੀ ਬੰਦੇ ਸਨ ਮਤਮ ਬਾਟਮ ਤੇ ਕੀ ਪਾਉਂਦੇ ਸੀ ਉਹ ਤੋਤੀ ਤਿੱਥਾਂ ਤਿਹਾਰਾਂ ਆਤੇ ਪਹਿਨਣ ਜਾਣ ਵਾਲੇ ਚਾਦਰੇ ਨੂੰ ਕੀ ਕਹਿੰਦੇ ਸਨ ਧੂਵਾ ਚਾਦਰਾਂ ਮੋਢੇ ਉੱਤੇ ਰੱਖੇ ਕੱਪੜੇ ਨੂੰ ਕੀ ਕਿਹਾ ਜਾਂਦਾ ਹੈ ਸਾਫਾ ਇੱਕ ਲੋਕ ਵਿਸ਼ਵਾਸ ਅਨੁਸਾਰ ਕਿਹੜੀ ਵਸਤੂ ਪਹਿਨਨ ਨਾਲ ਬਦਰੂਹਾ ਦੇ ਭੈੜੇ ਸੁਪਨੇ ਨਹੀਂ ਆਉਂਦੇ ਲੋਹੇ ਦੀਆਂ ਵਸਤੂਆਂ ਕੁੰਡ ਦੀ ਪ੍ਰਥਾ ਪੰਜਾਬੀ ਸੱਭਿਆਚਾਰ ਵਿੱਚ ਕਿਸ ਪ੍ਰਭਾਵ ਹੇਠ ਪੈਦਾ ਹੋਈ? ਇਸਲਾਮੀ ਸੱਭਿਆਚਾਰ ਦੇ ਹੇਠ। ਇਸਤਰੀ ਦਾ ਬੁਰਕਾ ਧਾਰਨ ਕਰਨਾ ਕਿਸ ਸੱਭਿਆਚਾਰ ਅੰਦਰ ਪ੍ਰਚਲਿਤ ਹੈ? ਇਸਲਾਮੀ। ਕੱਗਰੇ ਦੇ ਘੇਰੇ ਦਾ ਵੱਡਾ ਹੋਣਾ ਕਿਸ ਗੱਲ ਦਾ ਪ੍ਰਤੀਕ ਹੈ? ਔਰਤ ਦੀ ਸਰਦਾਰੀ ਦਾ। ਔਰਤਾਂ ਦੀ ਪੋਸ਼ਾਕ ਕੱਗਰੇ ਲਈ ਕਿਹੜਾ ਕੱਪੜਾ ਵਰਤਿਆ ਜਾਂਦਾ ਸੀ? ਸੂਤ ਦਾ। ਤੰਗ ਪਹੁੰਚੇ ਵਾਲੀ ਸਲਵਾਰ ਨੂੰ ਕੀ ਕਿਹਾ ਜਾਂਦਾ ਹੈ? ਸੁੱਥਨ। ਔਰਤਾਂ ਆਪਣਾ ਸਿਰ ਹਮੇਸ਼ਾ ਕਿਸ ਚੀਜ਼ ਨਾਲ ਟੱਕ ਕੇ ਰੱਖਦੀਆਂ ਹਨ ਚੁੰਨੀ ਜਾਂ ਦੁਪੱਟੇ ਨਾਲ ਅੰਬ ਦੇ ਰਸ ਵਰਗੇ ਰੰਗ ਦੀ ਚੁੰਨੀ ਨੂੰ ਕੀ ਕਿਹਾ ਜਾਂਦਾ ਹੈ ਅੰਬਰਸਰੀ ਅੰਬਰਸੀਆ ਡੋਰੀ ਨਾਲ ਗੰਡਾ ਮਾਰ ਕੇ ਰੰਗੀ ਗਈ ਚੁੰਨੀ ਨੂੰ ਕੀ ਆਖਿਆ ਜਾਂਦਾ ਹੈ ਜੀ ਡੋਰੀਆ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਤੇ ਕੀਤੀ ਜਾਂਦੀ ਹੈ ਮੋٹے ਖੱਦਰ ਤੇ ਤਿਲ ਦੇ ਪੱਤਿਆਂ ਵਰਗੀ ਬੂਟੀ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਤਿਲ ਪੱਤਰਾ ਫੁਲਕਾਰੀ ਸ਼ੀਸ਼ਿਆਂ ਵਾਲੀ ਫੁਲਕਾਰੀ ਨੂੰ ਕੀ ਕਿਹਾ ਜਾਂਦਾ ਹੈ ਜੀ ਸ਼ਮਾਸ਼ ਹਾਂਜੀ ਨੈਕਸਟ ਹੈ ਸਾਡਾ ਫੁਲਕਾਰੀ ਦੇ ਪੱਲਿਆਂ ਨੂੰ ਛੱਡ ਕੇ ਸਿਰਾਂ ਤੇ ਕੀਤੀ ਜਾਂਦੀ ਕਢਾਈ ਨੂੰ ਕੀ ਕਹਿੰਦੇ ਹਨ ਘੁੰਗਟ ਬਾਗ ਕਿਸੇ ਖਾਸ ਰੌ ਰੀਤ ਤੇ ਤਿਥਾ ਤਿਹਾਰਾ ਨਾਲ ਸੰਬੰਧਿਤ ਪਹਿਰਾਵਿਆਂ ਨੂੰ ਕੀ ਕਿਹਾ ਜਾਂਦਾ ਹੈ ਅਨੁਸ਼ਾਸਿਤ ਪਹਿਰਾਵੇ ਵਿਆਹ ਸਮੇਂ ਕੁੜੀ ਜਾਂ ਮੁੰਡੇ ਦੀ ਮਾਂ ਵੱਲੋਂ ਜੋ ਸੂਟ ਪਹਿਨਿਆ ਜਾਂਦਾ ਉਸ ਨੂੰ ਕੀ ਕਿਹਾ ਜਾਂਦਾ ਹੈ ਹੱਥ ਭਰੇ ਦਾ ਸੂਟ ਪੰਜਾਬੀ ਸੱਭਿਆਚਾਰ ਅੰਦਰ ਸਗਨਾ ਦਾ ਰੰਗ ਕਿਹੜਾ ਮੰਨਿਆ ਜਾਂਦਾ ਹੈ ਗੁਲਾਬੀ ਤੇ ਲਾਲ ਰੰਗ ਵਿਹਾਂਦਰ ਦੀ ਮਾਂ ਵੱਲੋਂ ਪਹਿਨਿਆ ਸੂਟ ਕੌਣ ਲੈ ਕੇ ਆਉਂਦਾ ਹੈ ਮਾਂ ਦੇ ਭਰਾ ਮਤਲਬ ਮਾਮੇ ਲੈ ਕੇ ਆਉਂਦੇ ਨੇ ਕੁੜੀ ਨੂੰ ਰੋਲੀ ਵਿੱਚ ਪਿਠਾਉਣ ਸਮੇਂ ਕੀ ਪਹਿਨਾਇਆ ਜਾਂਦਾ ਸੀ ਵਰੀ ਦਾ ਆਇਆ ਕਗੜਾ ਡੋਲੀ ਸਮੇਂ ਵਰੀ ਦਾ ਕਗੜਾ ਪਹਿਨਣਾ ਨਾ ਕਿਸ ਪ੍ਰਕਾਰ ਦੇ ਅਰਥ ਸੰਚਾਰ ਕਰਦਾ ਹੈ ਕੁੜੀ ਤੋਂ ਨੂੰ ਬਨਣ ਦੇ ਵਿਅਨਾਇਕਪੂ ਦਾ ਪਹਿਰਾਵਾ ਕਿਸ ਵਰਗਾ ਹੁੰਦਾ ਹੈ ਰਾਜਿਆਂ ਵਰਗਾ ਅਚਕਨ ਪਹਿਨੀ ਹੁੰਦੀ ਹੈ ਨਾ ਵਿਧਵਾ ਆਰਤ ਚਿੱਟਾ ਸੂਟ ਤੇ ਚਿੱਟਾ ਦੁਪੱਟਾ ਕਿਉਂ ਪਹਿਨਦੀ ਹੈ ਸਾਦਗੀ ਤੇ ਸ਼ਾਂਤੀ ਲਈ ਵਿਸਾਖੀ ਵਾਲੇ ਦਿਨ ਔਰਤਾਂ ਮਰਦ ਕਿਸ ਰੰਗ ਦੇ ਦੁਪੱਟੇ ਤੇ ਪੱਗਾਂ ਬੰਨਦੇ ਨੇ ਕੇਸਰੀ ਵਿਆਹ ਦੀਆਂ ਰਸਮਾਂ ਵਿੱਚ ਸਭ ਤੋਂ ਵੱਧ ਰੋਲ ਕਿਸ ਵੱਲੋਂ ਨਿਭਾਇਆ ਜਾਂਦਾ ਹੈ ਮਾਮੇ ਵੱਲੋਂ ਤੀ ਦੇ ਵਿਆਹ ਤੇ ਮਾਪੇ ਭਰਾਵਾਂ ਜਾਂ ਮਾਮੇ ਵੱਲੋਂ ਦਿੱਤਾ ਗਿਆ ਸਮਾਨ ਜਾਂ ਪੈਸਾ ਕੀ ਅਖਵਾਉਂਦਾ ਹੈ ਕਨਿਆਦਾਨ ਜਾਂ ਇਸਤਰੀ ਤਨ ਤੀ ਨੂੰ ਡੋਲੀ ਵਿੱਚ ਉਠਾਉਣ ਦੀ ਰਸਮ ਕਿਸ ਵੱਲੋਂ ਨਿਭਾਈ ਜਾਂਦੀ ਹੈ ਮਾਂ ਤੇ ਉਸਦੇ ਭਰਾਵਾਂ ਵੱਲੋਂ ਭੈਣ ਦੇ ਬੱਚਿਆਂ ਦੇ ਵਿਆਹ ਵਕਤ ਉਸਦੇ ਸਾਰੇ ਭਰਾ ਰਲ ਕੇ ਕੀ ਲੈ ਕੇ ਜਾਂਦੇ ਹਨ ਨਾਨਕਾ ਚੱਕ ਤੁਹਾਡੀ ਸਾਡੀ ਕਲਾਸ ਇੱਥੇ ਤੱਕ ਹੀ ਰਹੇਗੀ ਜੀ ਹੋਪਸ ਉਹ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ